ਜੀ ਅਸੀਂ ਅੱਜ ਆਏ ਹਾਂ ਪੀਰੋ ਚੱਕ ਔਰ ਭੈਣ ਜੀ ਹੋਰਾਂ ਦੇ ਨਿਰਮਲਜੀਤ ਕੌਰ ਹੋਰਾਂ ਦੇ ਦਾਦਾ ਜੀ ਦਾ ਪਿੰਡ ਭੈਣ ਜੀ ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ ਤੇਜਾ ਸਿੰਘ ਉਹ ਇੱਥੇ ਇੱਥੋਂ ਗਏ ਸੀਗੇ ਪੀਰੋ ਚੱਕ ਤੋਂ ਸਿਆਲਕੋਟ ਤੋਂ ਤੇ ਆਪਣਾ ਤੇ ਉੱਥੇ ਜਾ ਕੇ ਫਿਰ ਕਿੱਥੇ ਵਸੇ ਜੀ ਤੁਹਾਡੇ ਬਜ਼ੁਰਗਾਂ ਨੂੰ ਮਤਲਬ ਉਹ ਚੇਤੇ ਕਰਦੇ ਸੀ ਹਰ ਟਾਈਮ ਪਿੰਡ ਹਾਂਜੀ ਉਹ ਚੇਤੇ ਕਰਦੇ ਉਹਨਾਂ ਕੋਲ ਸੁਣਿਆ ਮੈਂ ਤੇ ਕਿਸ ਤਰ੍ਹਾਂ ਮਤਲਬ ਮਹਿਸੂਸ ਹੋ ਰਿਹਾ ਆਪਣੇ ਪੁਰਖਾਂ ਦੀ ਧਰਤੀ ਤੇ ਆ ਕੇ ਤੇ ਉਹਨਾਂ ਦੇ ਘਰ ਤੋਂ ਬਾਹਰ ਖਲੋ ਕੇ ਕਿੱਦਾਂ ਮਹਿਸੂਸ ਕਰ ਰਹੇ ਹੋ ਬੜਾ ਚੰਗਾ ਲੱਗ ਰਿਹਾ ਕਿ ਮੈਨੂੰ ਮੌਕਾ ਮਿਲਿਆ ਸਾਰਾ ਕੁਝ ਇੱਥੇ ਦੇਖਣ ਦਾ ਅੱਛਾ ਤੇ ਹੁਣ ਬਜ਼ੁਰਗਾਂ ਵਿੱਚੋਂ ਤੇ ਕੋਈ ਵੀ ਨਹੀਂ ਮੇਰੇ ਫਾਦਰ ਦੀ ਵੀ ਡੈਥ ਹੋ ਗਈ ਹੈ ਪਾਪਾ ਜਦੋਂ ਛੋਟੇ ਸੀ ਜਦੋਂ ਇੱਧਰੋਂ ਗਏ ਅੱਛਾ ਪਰ 15-16 ਸਾਲ ਦੇ ਸੀ ਅੱਛਾ ਅੱਛਾ ਬਾਪੂ ਦੀ ਉਮਰ ਸੀ ਹੁਣ ਤੇ ਉਹਨਾਂ ਨੂੰ ਹੋ ਗਏ 4 ਸਾਲ ਅੱਛਾ ਅੱਛਾ ਚਾਚਾ ਜੀ ਹੋਰੀ ਆ ਗਏ ਨੇ ਜਿਨ੍ਹਾਂ ਕੋਲੋਂ ਹੀ ਸਾਰਾ ਸੁਣਿਆ ਕਿ ਪਿੰਡ ਦਾ ਨਾਂ ਸਿਆਲਕੋਟ ਪੀਰੋ ਚੱਕ ਤੇ ਕਹਿੰਦੇ ਭਲਵਾਨਾਂ ਦੇ ਨਾਂ ਨਾਲ ਸਾਨੂੰ ਲੋਕ ਮਸ਼ਹੂਰ ਸੀਗੇ ਭਲਵਾਨਾਂ ਦੇ ਨਾਮ ਅਸੀਂ ਆਉਣ ਲੱਗੇ ਜੀ ਉਹਨਾਂ ਦੇ ਭਤੀਜੇ ਨੂੰ ਇਹਨਾਂ ਦੇ ਮਤਲਬ ਟੱਬਰ 'ਚ ਚਾਚਾ ਲੱਗਦਾ ਉਹਨੂੰ ਸਾਰਾ ਪੁੱਛ ਕੇ ਆਇਆ ਵੀ ਕੀ ਨਾਂ ਸੀ ਉਹਨਾਂ ਨੂੰ ਦੱਸਿਆ ਤਾਰਾ ਪਿਆਰਾ ਤੇਜਾ ਸਿੰਘ ਸਾਰੇ ਨਾਂ ਪੁੱਛ ਕੇ ਅਸੀਂ ਸਾਨੂੰ ਨਹੀਂ ਪਤਾ ਕਿਤੇ15-16 ਸਾਲ ਦੀ ਹੈਗੀ ਤੁਹਾਨੂੰ ਸਾਰਾ ਉਦੋਂ ਚੇਤੇ ਆ ਸਾਰਾ ਪਤਾ ਪੂਰੀ ਹੋਸ਼ ਸੀਗੀ ਵੀ ਮੈਂ ਫਿਰ 10ਵੇਂ ਫੇਰੇ ਹੋਇਆ ਹੁਣ ਤੁਸੀਂ ਜਾ ਆਇਓ ਕਈ ਵਾਰੀ ਉੱਧਰ ਮੈਂ ਹੁਣ ਹੋ ਗਿਆ 26 ਗਿਆ ਜੀ ਜੀ ਪਰ ਮੈਂ ਮਹੀਨਾ ਰਹਿ ਕੇ ਜੀ 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 ਅੱਛਾ ਹਾਂ ਉਦੋਂ ਤੇ ਜਦੋਂ ਅਸੀਂ ਇੱਥੋਂ ਗਏ ਅਸੀਂ ਤਾਂ ਤੁਹਾਡੇ ਹੁੰਦਿਆਂ ਇਹ ਟੱਬਰੋਂ ਉੱਠ ਕੇ ਉੱਧਰ ਗਿਆ ਸੀ ਕਿ ਚਲੇ ਚਲੇ ਗਏ ਅੱਛਾ ਇਹ ਪਹਿਲਾਂ ਚਲੇ ਗਏ ਸੀ ਤੁਹਾਨੂੰ ਕਿਵੇਂ ਪਤਾ ਸੀ ਵੀ ਇਹ ਭਲਵਾਨਾਂ ਦਾ ਘਰ ਇਹ ਪਤਾ ਲੱਗ ਜਾਂਦਾ ਕਿ ਮਸ਼ਹੂਰ ਤਾਂ ਨਹੀਂ ਪਤਾ ਨਹੀਂ ਲੱਗਦਾ ਅੱਛਾ ਤੇਜਾ ਸਿੰਘ ਹੋਰੀ ਤਾਂ ਹੋਰ ਕਿਹੜੇ ਕਿਹੜੇ ਸਾਰੇ ਪਿਆਰੇ ਸਾਰੇ ਪਿਆਰੇ ਦਾ ਘਰ ਹੈ ਸਾਰੇ ਪਿਆਰੇ ਦੇ ਘਰ ਆ ਤੇ ਨਾਲ ਉਹਨਾਂ ਦਾ ਭਰਾ ਹੁੰਦਾ ਤੇਜਾ ਸਿੰਘ ਵੀ
ਬਾਬਾ ਜੀ ਕਿੱਥੇ ਲੈ ਕੇ ਆਏ ਹੋ? ਇਹ ਕਿਹੜੀ ਜਗ੍ਹਾ ਵਾ? ਇਹ ਗੁਰਦੁਆਰਾ ਤੁਹਾਡਾ ਸਾਡਾ ਗੁਰਦੁਆਰਾ ਤੁਹਾਡਾ ਹੀ ਤੁਹਾਡਾ ਹੁਣ ਕੀ ਹੈ? ਮਸਜਿਦ ਮਸਜਿਦ ਹੈ, ਚਲੋ ਇੱਕ ਹੀ ਗੱਲ ਹੈ, ਚੰਗੇ ਚੰਗੇ ਕੰਮ ਲੱਗੀ ਲਓ ਜੀ ਆਪਣਾ ਜੱਦੀ ਘਰ ਵੇਖਣ ਲੱਗੇ ਨੇ ਭੈਣ ਜੀ ਹੋਰਾਂ ਬਾਪੂ ਜੀ ਤੁਹਾਡੇ ਦਰਸ਼ਨ ਹੋਏ ਬਰਫੀ ਤਾਂ ਵੱਡੀ ਚੀਜ਼ ਆ, ਅਸੀਂ ਤੇ ਬਰਫੀ ਨਾਲ ਵੱਡੀ ਚੀਜ਼ ਆ ਜਿਹੜੇ ਤੁਹਾਡੇ ਮੇਨ ਹੋ ਗਿਆ ਤੁਹਾਡਾ ਜੇ ਤੁਸੀਂ ਨਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਨਿਆਣੇ ਸੋਚੇ ਤੇ ਕਿਹਦਾ ਘਰ ਪਤਾ ਨੀ ਜੀ ਸਲਾਹਪੁਰ ਲੀਲਾ ਤੇ ਕਾਦੀਆਂ ਖਾਸ ਤਿੰਨ ਭੈਣਾਂ ਦੀਆਂ ਸਾਡੇ ਪਿੰਡਾਂ ਵੱਲ ਰੱਖਣੀ